100 ਰੁਪਏ ਕਿਲੋ ਟਮਾਟਰ ਹੋ ਗਿਆ ਜੀ, 20 ਰੁਪਏ ਕਿਲੋ ਵਾਲਾ। ਦੇਖੋ ਜੀ, ਆਮ ਬੰਦੇ ਦੇ ਬਸ ਤੋਂ ਬਾਹਰ ਹੀ ਹੋਈ। ਪਹਿਲਾਂ ਕਹਿੰਦੇ ਸੀਗੇ ਸਬਜ਼ੀ ਖਾਓ, ਦਾਲ ਰੋਟੀ ਖਾਓ, ਉਹ ਖਤਮ ਹੋ ਗਈ। ਨਾ ਦਾਲ ਰੋਟੀ ਕਿਸੇ ਦੇ ਬਸ ਦੀ ਰਹਿ ਗਈ, ਨਾ ਸਬਜ਼ੀ ਰਹਿ ਗਈ। ਸਬਜ਼ੀ ਦਾ ਇਹ ਹਾਲ ਹੈ, ਹੁਣ ਸਵੇਰੇ ਸਬਜ਼ੀ ਲੈਣ ਆਇਆ ਮੈਂ, ਆਹ ਜਿਹੜਾ ਮਟਰ ਨੇ 200 ਰੁਪਏ ਕਿਲੋ ਨੇ ਜੀ, ਜਿਹੜੇ ਟਮਾਟਰ ਨੇ 100 ਰੁਪਏ ਪਾਰ ਨੇ, ਜਿਹੜਾ ਅਦਰਕ ਹੈ ਇੱਥੇ ਪਿਆ ਉਹ 150 ਰੁਪਏ ਕਿਲੋ ਹੈ, ਜਿਹੜੇ ਕੱਦੂ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਹੁਣ ਇਸ ਵੇਲੇ 50-60 ਰੁਪਏ ਕਿਲੋ ਨੇ। ਆਹ ਮੂਲੀ ਲਓ, ਇਹ 40-45 ਰੁਪਏ ਕਿਲੋ ਹੈ। ਦੱਸੋ ਆਮ ਬੰਦਾ ਕੀ ਖਾਏਗਾ? ਮੰਡੀ ਰੇਟ ਸੁਣ ਕੇ ਹੈਰਾਨ ਹੋਇਆ ਸੀ। ਮੈਂ ਸੋਚ ਕੇ ਤਾਂ ਆਇਆ ਸੀ ਘਰੋਂ ਮਟਰ ਲੈ ਕੇ ਆਵਾਂਗੇ, ਮਟਰ ਦੱਸਿਆ ਬਾਈ ਨੇ, ਕਹਿੰਦਾ 200 ਰੁਪਏ ਹੋ ਗਿਆ ਜੀ। ਫਿਰ ਮੈਂ ਕਿਹਾ ਮਟਰ ਪਨੀਰ ਤਾਂ ਬਾਅਦ 'ਚ ਖਾਵਾਂਗੇ, ਕੱਦੂ ਪੁੱਛਿਆ ਸਭ ਤੋਂ ਇਹ ਗੰਦੀ ਆਈਟਮ, ਕਹਿੰਦੇ ਉਹ ਵੀ 60 ਰੁਪਏ ਕਿਲੋ ਆ। ਫਿਰ ਮੈਂ ਕਿਹਾ ਚਲੋ ਮਿਰਚ ਮੁਰਚ ਜਿਹਨੂੰ ਕੋਈ ਪੁੱਛਦਾ ਨਹੀਂ ਸੀਗਾ ਮਿਰਚ ਨੂੰ, ਅਜੇ ਮਿਰਚ ਦਾ ਰੇਟ ਪੁੱਛਿਆ, ਕਹਿੰਦੇ 150 ਰੁਪਏ ਕਿਲੋ ਮਿਰਚ ਹੋ ਗਈ ਅੱਜ। ਹੁਣ ਬੰਦਾ ਸਬਜ਼ੀ ਨਾਲ ਰੋਟੀ ਖਾਊ, 4 ਨਾਲ ਤਾਂ ਖਾਂਦਾ, ਉਹ 4 ਵੀ ਹੁਣ ਮਿਰਚ ਦਾ ਮਹਿੰਗਾ ਹੋਇਆ ਪਿਆ। ਹੁਣ ਤਾਂ ਅੰਬ ਦੀ ਮੌਸਮ ਲੰਘ ਗਈ, ਯਾਨੀ ਕਿ ਹਰ ਇੱਕ ਚੀਜ਼ ਮਹਿੰਗੀ ਹੈ ਜੀ। ਦਿਨੋ ਦਿਨ ਵੱਧ ਰਹੀ ਮਹਿੰਗਾਈ ਦਾ ਅਸਰ ਆਮ ਲੋਕਾਂ ਦੀ ਜੇਬ 'ਤੇ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਸਬਜ਼ੀਆਂ ਦੀਆਂ ਕੀਮਤਾਂ ਦੀ ਤਾਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ 'ਚ ਉੱਥਰੂ ਵਹਾ ਦਿੱਤੇ ਸਨ, ਹੁਣ ਟਮਾਟਰਾਂ ਦੀਆਂ ਕੀਮਤਾਂ ਸੁਣ ਕੇ ਵੀ ਲੋਕਾਂ ਦੇ ਚਿਹਰੇ ਲਾਲ ਹੁੰਦੇ ਦਿਖਾਈ ਦੇ ਰਹੇ ਹਨ। ਜੇ ਗੱਲ ਕੀਤੀ ਜਾਵੇ ਨਾਭਾ ਸਬਜ਼ੀ ਮੰਡੀ ਦੀ ਤਾਂ ਇੱਥੇ ਪਹਿਲਾਂ ਜੋ ਟਮਾਟਰ 50 ਰੁਪਏ ਕਿਲੋ ਵਿਕ ਰਿਹਾ ਸੀ ਉਹ ਹੁਣ 110 ਰੁਪਏ ਤੋਂ ਪਾਰ ਹੋ ਗਿਆ ਹੈ। ਇਸ ਤੋਂ ਇਲਾਵਾ ਗੋਭੀ 110 ਰੁਪਏ, ਮਟਰ 200 ਰੁਪਏ ਅਤੇ ਲਸਣ 400 ਰੁਪਏ ਕਿਲੋ ਵਿਕ ਰਿਹਾ ਹੈ। ਹੋਰ ਸਬਜ਼ੀਆਂ ਦੀਆਂ ਕੀਮਤਾਂ ਵੀ ਵਧੀਆ ਹੋਣ ਕਰਕੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਚੁੱਕੀਆਂ ਹਨ। ਸਬਜ਼ੀ ਖਰੀਦਣਾ ਇਹ ਲੋਕਾਂ ਨੇ ਕਿਹਾ ਕਿ ਅੱਗੇ ਤਿਉਹਾਰ ਵੀ ਆ ਰਹੇ ਹਨ ਅਤੇ ਦੂਜੇ ਪਾਸੇ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ 'ਤੇ ਨੱਥ ਪਾਈ ਜਾਵੇ। ਉੱਧਰ ਦੂਜੇ ਪਾਸੇ ਸਬਜ਼ੀ ਵਿਕਰੇਤਾ ਵੀ ਆਏ ਦਿਨ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਕਾਫ਼ੀ ਦੁਖੀ ਹਨ ਕਿ ਗ੍ਰਾਹਕ ਉਹਨਾਂ ਨਾਲ ਆ ਕੇ ਲੜਦੇ ਹਨ ਕਿ ਕੀਮਤਾਂ ਤੁਸੀਂ ਵਧਾਈਆਂ ਹਨ ਅਤੇ ਮਾਰਕੀਟ ਬਿਲਕੁਲ ਖਾਲੀ ਪਈ ਹੈ। ਦੇਖੋ ਜੀ, ਆਮ ਬੰਦੇ ਦੇ ਬਸ ਤੋਂ ਬਾਹਰ ਹੀ ਹੋਈ। ਪਹਿਲਾਂ ਕਹਿੰਦੇ ਸੀਗੇ ਸਬਜ਼ੀ ਖਾਓ, ਦਾਲ ਰੋਟੀ ਖਾਓ, ਉਹ ਖਤਮ ਹੋ ਗਈ। ਨਾ ਦਾਲ ਰੋਟੀ ਕਿਸੇ ਦੇ ਬਸ ਦੀ ਰਹਿ ਗਈ, ਨਾ ਸਬਜ਼ੀ ਰਹਿ ਗਈ। ਸਬਜ਼ੀ ਦਾ ਇਹ ਹਾਲ ਹੈ, ਹੁਣ ਸਵੇਰੇ ਸਬਜ਼ੀ ਲੈਣ ਆਇਆ ਮੈਂ, ਆਹ ਜਿਹੜਾ ਮਟਰ ਨੇ 200 ਰੁਪਏ ਕਿਲੋ ਨੇ ਜੀ, ਜਿਹੜੇ ਟਮਾਟਰ ਨੇ 100 ਰੁਪਏ ਪਾਰ ਨੇ, ਜਿਹੜਾ ਅਦਰਕ ਹੈ ਇੱਥੇ ਪਿਆ ਉਹ 150 ਰੁਪਏ ਕਿਲੋ ਹੈ, ਜਿਹੜੇ ਕੱਦੂ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹ ਹੁਣ ਇਸ ਵੇਲੇ 50-60 ਰੁਪਏ ਕਿਲੋ ਨੇ। ਆਹ ਮੂਲੀ ਲਓ, ਇਹ 40-45 ਰੁਪਏ ਕਿਲੋ ਹੈ। ਦੱਸੋ ਆਮ ਬੰਦਾ ਕੀ ਖਾਏਗਾ? ਪਰ ਪਿਆਜ਼ ਨੇ ਪਹਿਲਾਂ ਹੀ ਲੋਕਾਂ ਦੇ ਧੂੰਆਂ ਕਢਾਇਆ ਹੋਇਆ। ਆਮ ਬੰਦੇ ਦੇ ਵਸ ਚੋਂ ਸਬਜ਼ੀ ਤੇ ਪਲੇਟ ਚੋਂ ਗਾਇਬ ਹੀ ਹੋ ਗਈ। ਕਾਰਨ ਵੇਖੋ ਜੀ, ਨਾ ਤਾਂ ਸਰਕਾਰ ਇਸ ਵੱਲ ਧਿਆਨ ਦਿੰਦੀ, ਜਾਂ ਤਾਂ ਉਹ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਵੀ ਕੁਛ ਸਬਜ਼ੀਆਂ ਬੀਜਣ, ਦੂਜਾ ਵਪਾਰੀ ਜਿਹੜਾ ਵਰਗ ਹੈ ਉਹਨੂੰ ਕੁਛ ਪ੍ਰਸਾਦ ਦੇਣ ਵੀ ਉਹ ਅੱਗੇ ਸਟੋਰੇਜ ਕਰੇ ਜਾਂ ਸਹੀ ਤਰੀਕੇ ਨਾਲ ਅੱਗੇ ਮਾਲ ਸਪਲਾਈ ਹੋਵੇ। ਹੁਣ ਬਾਹਰੋਂ ਮਾਲ ਪ੍ਰੋਪਰ ਉਹਨਾਂ ਸਪਲਾਈ ਨਹੀਂ ਹੁੰਦਾ, ਹੁਣ ਤਾਂ ਹੀ ਇੱਥੇ ਸਬਜ਼ੀਆਂ ਦੇ ਰੇਟ ਵਧੇ। ਹੁਣ ਗੌਰਮੈਂਟ ਦਾ ਇਹ ਹੈ ਵੀ ਉਹ ਇਹਨਾਂ ਚੀਜ਼ਾਂ 'ਤੇ ਧਿਆਨ ਦੇਵੇ, ਜਿਹੜਾ ਆਮ ਬੰਦੇ ਨੂੰ ਸਬਜ਼ੀ ਦਾ ਵਾਜਬ ਮੁੱਲ ਘੱਟੋ ਘੱਟ ਰੋਟੀ ਖਾਣ ਜੋਗਾ ਤਾਂ ਰਹਿ ਜਾਏ ਨਾ, ਹੋਰ ਚੀਜ਼ਾਂ ਦੇ ਚਲੋ ਸਾਰੀਆਂ ਗਾਇਬ ਹੀ ਹੋ ਗਈਆਂ। ਇੱਕ ਪਾਸੇ ਤਾਂ ਜਿਹੜੇ ਤਿਉਹਾਰਾਂ ਦੀ ਮਾਰ, ਦੂਜੇ ਪਾਸੇ ਮਹਿੰਗਾਈ ਜਿਹੜੀ ਵੱਧਦੀ ਜਾ ਰਹੀ ਹੈ। ਨਹੀਂ, ਤਿਉਹਾਰ ਤਾਂ ਆਮ ਬੰਦੇ 'ਤੇ ਹੁਣ ਗਾਇਬ ਹੀ ਹੋ ਗਏ ਨਾ, ਖੁਸ਼ੀ ਰਹਿੰਦੀ ਨਹੀਂ ਤਿਉਹਾਰ ਦੀ, ਉਹ ਤਾਂ ਹੁਣ ਜਿੰਨਾ ਕੁ ਅਗਲੇ ਨੇ ਕਰਨਾ ਉਹਦੀ ਪੋਕਟ ਉਹਨੂੰ ਅਲਾਓ ਹੀ ਨਹੀਂ ਕਰਦੀ, ਜੇਬ ਤੋਂ ਬਾਹਰ ਹੋ ਗਿਆ ਤਿਉਹਾਰ। ਤੁਸੀਂ ਇਹ ਵੇਖੋ ਜਿੰਨਾ ਕੁ ਵੀ ਆਪਾਂ ਕਰਦੇ ਹਾਂ ਕੰਮ, ਉਹ ਖਰਚੇ ਇੰਨੇ ਦਿਨ ਬ ਦਿਨ ਵੱਧ ਗਏ। ਆਹ ਜਿਹੜੀ ਸਬਜ਼ੀ ਹੈ ਇਹ ਤਾਂ ਖਾਣੀ ਹੈ ਨਾ, ਹੋਰ ਮਠਿਆਈ ਘੱਟ ਲੈ ਜਾਏਗਾ, ਹੋਰ ਚੀਜ਼ਾਂ ਘੱਟ ਲੈ ਜਾਏਗਾ, ਬੱਚਿਆਂ ਨੂੰ ਉਹ ਚੀਜ਼ਾਂ ਦਾ ਦੇਣੀ, ਉੱਤੋਂ ਤਿਉਹਾਰਾਂ ਦੇ ਦੇਣੇ ਸ਼ੁਰੂ ਹੋ ਗਏ, ਹੋਰ ਖਰਚੇ ਹੀ ਵਧਣੇ ਨੇ ਕੁਛ ਨਾ ਕੁਛ, ਤਾਂ ਬੰਦੇ ਨੂੰ ਚਾਹੀਦਾ ਨਾ ਬੱਚਿਆਂ ਨੂੰ ਦੇਣ ਵਾਸਤੇ। ਬਜਟ 'ਤੇ ਕਿੰਨਾ ਕੁ ਅਸਰ ਹੋਏਗਾ? ਬਜਟ ਜੀ, ਸਭ ਤੋਂ ਵੱਡਾ ਬਜਟ ਤਾਂ ਜੀ ਹੁਣ ਹਿੱਲ ਗਿਆ। ਤੁਸੀਂ ਕਰਿਆਨੇ ਦਾ ਸਮਾਨ ਲਾ ਲਓ, ਉਹ ਪਾਰ ਚਲਾ ਗਿਆ, ਸਬਜ਼ੀਆਂ ਨੇ ਉਹ ਥਾਲੀ 'ਚੋਂ ਗਾਇਬ ਹੋ ਗਈਆਂ, ਅਤੇ ਰਹਿਣਾ ਘੱਟੋ ਘੱਟ ਰਹਿਣਾ ਤਾਂ ਹੈਗਾ ਨਾ ਬੰਦੇ ਨੇ, ਜਿਉਂਦੇ ਰਹਿਣ ਲਈ ਖਾਣਾ ਤਾਂ ਖਾਣਾ, ਪਰ ਉਹ ਖਾਣਾ ਬੰਦੇ ਦੇ ਵਿੱਚ ਤੋਂ ਬਾਹਰ ਹੋ ਗਿਆ। ਹੁਣ ਦੱਸੋ ਇਹਦਾ ਹੱਲ।
ਹੁਣ ਮੈਂ ਤਾਂ ਉਹੀ ਸੋਚਦਾ ਵੀ ਹੁਣ ਗੌਰਮੈਂਟ ਦੱਸੇ ਵੀ ਉਹਨੂੰ ਕੀ, ਜਾਂ ਤਾਂ ਆਪਾਂ ਮੋਬਾਈਲ ਖਾ ਲਈਏ, ਠੀਕ ਹੈ ਜੀ, ਜਿਨ੍ਹਾਂ 'ਤੇ ਜ਼ੋਰ ਲਾਇਆ ਹੋਇਆ, ਜਾਂ ਹੋਰ ਚੀਜ਼ਾਂ ਟੀ ਵੀ ਖਾ ਲਈਏ, ਜਾਂ ਨੈੱਟ ਜਿਹੜਾ ਫ੍ਰੀ ਦਿੱਤਾ ਹੋਇਆ ਉਹ ਖਾਧਾ ਜਾਏ। ਅਸਲ 'ਚ ਉਹਨਾਂ ਨਾਲ ਢਿੱਡ ਨਹੀਂ ਨਾ ਜੀ ਭਟੇ, ਢਿੱਡ ਤਾਂ ਬੇਸਿਕ ਚੀਜ਼ਾਂ ਨਾਲ ਭਰਨਾ, ਪਰ ਉਹਨਾਂ ਨੂੰ ਫ੍ਰੀ ਦੇਣ ਦੀ ਬਜਾਏ ਉਹਨਾਂ ਨੂੰ ਟੈਕਸ ਮਾਫ਼ ਕਰਨ ਦੀ ਬਜਾਏ, ਆਮ ਜਿਹੜਾ ਕਿਸਾਨ ਹੈ, ਆਮ ਸਬਜ਼ੀਆਂ ਬੀਜਣ ਵਾਲਾ, ਆਮ ਬੰਦਾ ਜਿਹੜਾ, ਉਹਨੂੰ ਫ੍ਰੀ ਕੀਤਾ ਜਾਵੇ, ਕੁਛ ਸਬਸਿਡੀ ਦਿੱਤੀ ਜਾਏ ਇਹਨਾਂ ਚੀਜ਼ਾਂ 'ਤੇ। ਜੇ ਸਬਸਿਡੀ ਦੇਣਗੇ ਤਾਂ ਲੋਕ ਸਬਜ਼ੀਆਂ ਬੀਜਣਗੇ, ਉਹ ਲੋਕਾਂ ਨੂੰ ਸਹੂਲਤ ਮਿਲੇ, ਪਰ ਉਹ ਦੇਣਾ ਨਹੀਂ ਕਿਉਂਕਿ ਉੱਥੇ ਚੀਜ਼ਾਂ ਨਹੀਂ ਚੱਲਦੀਆਂ ਸਰਕਾਰ ਲਈ। ਸਬਜ਼ੀ ਤਾਂ ਜੀ ਤਕਰੀਬਨ ਸਾਰੀਓ ਮਹਿੰਗੀ ਹੋ ਗਈ, ਗੋਭੀ ਵੀ ਬਹੁਤ ਮਹਿੰਗੀ ਹੋ ਗਈ, ਜ਼ਿਆਦਾਤਰ ਅੱਜ ਟਮਾਟਰ ਬਹੁਤ ਮਹਿੰਗਾ ਹੋਇਆ, ਮਤਲਬ ਲਸਣ ਹੋ ਗਿਆ ਜੀ 400 ਰੁਪਏ ਦੇ ਨੇੜੇ ਹੋ ਗਿਆ, ਅਦਰਕ ਬਹੁਤ ਮਹਿੰਗਾ ਹੋ ਗਿਆ। ਜਿਵੇਂ ਟਮਾਟਰ 50 ਰੁਪਏ ਵੇਚ ਰਹੇ ਸੀ, ਅੱਜ ਕਿੰਨੇ ਰੁਪਏ ਟਮਾਟਰ? ਅੱਜ ਜੀ 90-100 ਰੁਪਏ ਇਹ ਰੇਟ ਮਿਲ ਰਿਹਾ, ਇੱਕਦਮ ਡਬਲ ਵਰਗਾ ਹੀ ਰੇਟ ਹੋਇਆ ਪਿਆ ਜੀ। ਅਚਾਨਕ ਵੱਧ ਕਿਵੇਂ ਗਏ ਰੇਟ, ਤੁਹਾਨੂੰ ਆ ਕੇ ਉਰੇ ਪਤਾ ਲੱਗਿਆ ਹੋਣਾ ਕੀ ਰੇਟ ਕੀ ਕਹਿੰਦੇ? ਜਿਵੇਂ ਜੀ ਸਬਜ਼ੀ ਵਾਲੇ ਕਹਿ ਰਹੇ ਨੇ ਵੀ ਇਹ ਮਹਾਰਾਸ਼ਟਰ ਤੋਂ ਆਉਣ ਕਰਕੇ ਵੀ ਉੱਥੋਂ ਘੱਟ ਆ ਰਿਹਾ ਤਾਂ ਕਰਕੇ ਮਹਿੰਗਾ ਹੋ ਗਿਆ ਇਹ, ਪਰ ਪੰਜਾਬ ਵਿੱਚ ਵੀ ਇਹਦੀ ਖੇਤੀ ਮੁਮਕਿਨ ਹੈ, ਟਮਾਟਰ ਪੰਜਾਬ ਵਿੱਚ ਵੀ ਹੁੰਦਾ ਹੀ ਹੈ, ਪਰ ਸਮਝ ਨਹੀਂ ਲੱਗੀ ਹੈਗੀ ਵੀ ਪੰਜਾਬ ਵਿੱਚ ਖੇਤੀ ਨਾ ਹੋਣ ਕਰਕੇ ਮਹਿੰਗਾ ਹੋ ਰਿਹਾ ਹੈ ਕਿ ਉੱਥੋਂ ਰੋਕਣ ਕਰਕੇ ਮਹਿੰਗਾ ਹੋ ਰਿਹਾ ਹੈ। ਤੁਹਾਡੇ ਬਜਟ 'ਤੇ ਕਿੰਨਾ ਕੁ ਅਸਰ ਪਵੇਗਾ? ਸਬਜ਼ੀ ਦਾ ਬਜਟ ਜੀ ਤਕਰੀਬਨ ਡਬਲ ਹੀ ਹੋ ਗਿਆ, ਜਿੱਥੇ ਪਹਿਲਾਂ 500 ਰੁਪਏ ਦੀ ਸਬਜ਼ੀ ਆਉਂਦੀ ਸੀ ਉਹਨੂੰ 800-900 ਰੁਪਏ ਦੇ ਨੇੜੇ ਪਹੁੰਚ ਰਹੀ ਹੈ। ਇੱਕ ਪਾਸੇ ਤਿਉਹਾਰਾਂ ਦੀ ਮਾਰ, ਦੂਜੇ ਪਾਸੇ ਮਹਿੰਗਾਈ ਦੀ ਮਾਰ, ਕਿਸ ਤਰ੍ਹਾਂ ਦੀ? ਬਿਲਕੁਲ ਜੀ, ਦੇਖੋ ਹੁਣ ਤੁਹਾਡੇ ਸਾਹਮਣੇ ਹੀ ਆ ਮੰਡੀ ਦਾ ਮਾਹੌਲ, ਦੇਖੋ ਮੰਡੀ ਖਾਲੀ ਪਈ ਹੈ ਸਾਰੇ ਪਾਸੇ ਹੀ, ਹੁਣ ਇਸ ਟਾਈਮ ਜਿਵੇਂ ਜੀਰੀ ਦਾ ਵੀ ਔਖਾ ਹੋਇਆ ਪਿਆ, ਉਹਦੇ ਕਰਕੇ ਬਾਜ਼ਾਰ ਸਲੋਅ ਹੋ ਗਿਆ, ਮੰਡੀ ਵੱਧਦੀ ਜਾ ਰਹੀ ਹੈ। ਆਉਣ ਵਾਲੇ ਟਾਈਮ 'ਚ ਜਿਹੜਾ ਜਿਵੇਂ ਟਮਾਟਰ 100 ਰੁਪਏ ਤੋਂ ਵੀ ਪਾਰ ਹੋ ਚੁੱਕਿਆ, ਫਿਰ ਤਾਂ ਤੁਸੀਂ ਤਾਂ ਫਿਰ ਜਿਵੇਂ ਕਿਲੋ ਲੈ ਕੇ ਜਾਂਦੇ ਤਾਂ ਕਿੰਨਾ ਲੈ ਕੇ ਜਾਓਗੇ? ਨਹੀਂ ਹੁਣ ਤਾਂ ਜੀ ਪਾਈਆ 'ਤੇ ਆ ਗਿਆ ਕੰਮ, ਜਿਹੜਾ ਹੁਣ ਪਹਿਲਾਂ ਕਿਲੋ 'ਤੇ ਸੀਗਾ, ਹੁਣ ਤਾਂ ਬਜਟ ਘਟਾਉਣ ਲਈ ਥੋੜ੍ਹਾ ਜਿਹਾ ਸਬਜ਼ੀ ਦੀ ਕਟੌਤੀ ਵੀ ਕਰਨੀ ਪੈਣੀ ਹੈ, ਅਤੇ ਆਦਤਾਂ ਆਪਣੀ ਬਦਲਣੀ ਪੈਣੀਆਂ ਨੇ, ਸਬਜ਼ੀ ਘੱਟ ਹੀ ਲੈ ਕੇ ਜਾ ਰਹੇ ਜੀ ਹੁਣ ਤਾਂ, ਜਦ ਤੱਕ ਸਸਤੀ ਨਹੀਂ ਹੁੰਦੀ। ਦਾਲਾਂ ਵੀ ਨਹੀਂ ਲੈ ਸਕਦੇ? ਦਾਲਾਂ ਦੀ ਰੇਟ? ਦਾਲ ਵਿੱਚ ਵੀ ਟਮਾਟਰ ਹੀ ਯੂਜ਼ ਹੁੰਦਾ ਜੀ, ਅਦਰਕ ਵੀ ਯੂਜ਼ ਹੁੰਦਾ, ਲਸਣ ਵੀ ਯੂਜ਼ ਹੁੰਦਾ, ਸਭ ਇੱਕੋ ਰੇਟ ਪੈਣੇ ਨੇ, ਹੁੰਦਾ ਮਹਿੰਗਾਈ ਹਰੇਕ ਪਾਸੇ ਹੀ ਹੈ ਜੀ। ਤੁਹਾਨੂੰ ਮੰਡੀ ਜਾ ਕੇ ਪਤਾ ਲੱਗਿਆ ਰੇਟਾਂ ਦਾ? ਬਿਲਕੁਲ ਜੀ ਬਿਲਕੁਲ, ਥੋੜ੍ਹੇ ਦਿਨ ਪਹਿਲਾਂ ਟਮਾਟਰ 50-60 ਰੁਪਏ ਸੀਗਾ, ਅੱਜ ਇੱਕਦਮ 90-100 ਰੁਪਏ ਮਿਲ ਰਿਹਾ, ਤਾਂ ਫਿਰ ਇੱਕਦਮ ਇਜ਼ਾਫਾ ਹੀ ਹੋਇਆ ਇਹ। ਮੰਡੀ ਰੇਟ ਸੁਣ ਕੇ ਹੈਰਾਨ ਹੋਇਆ ਸੀ, ਮੈਂ ਸੋਚ ਕੇ ਤਾਂ ਆਇਆ ਸੀ ਘਰੋਂ ਮਟਰ ਲੈ ਕੇ ਆਵਾਂਗੇ, ਮਟਰ ਦੱਸਿਆ ਬਾਈ ਨੇ, ਕਹਿੰਦਾ 200 ਰੁਪਏ ਹੋ ਗਿਆ ਜੀ, ਫਿਰ ਮੈਂ ਕਿਹਾ ਮਟਰ ਪਨੀਰ ਤਾਂ ਬਾਅਦ 'ਚ ਖਾਵਾਂਗੇ, ਕੱਦੂ ਪੁੱਛੇ ਸਭ ਤੋਂ ਜ਼ਿਆਦਾ ਗੰਦੀ ਆਈਟਮ, ਕਹਿੰਦੇ ਉਹ ਵੀ 60 ਰੁਪਏ ਕਿਲੋ ਆ। ਫਿਰ ਮੈਂ ਕਿਹਾ ਚਲੋ ਮਿਰਚ ਮੁਰਚ ਜਿਹਨੂੰ ਕੋਈ ਪੁੱਛਦਾ ਨਹੀਂ ਸੀਗਾ ਮਿਰਚ ਨੂੰ, ਅਜੇ ਮਿਰਚ ਦਾ ਰੇਟ ਪੁੱਛਿਆ, ਕਹਿੰਦੇ 150 ਰੁਪਏ ਕਿਲੋ ਮਿਰਚ ਹੋ ਗਈ ਅੱਜ, ਹੁਣ ਬੰਦਾ ਸਬਜ਼ੀ ਨਾਲ ਰੋਟੀ ਹੋ, 4 ਨਾਲ ਤਾਂ ਖਾਂਦਾ, ਉਹ 4 ਵੀ ਹੁਣ ਮਿਰਚ ਦਾ ਮਹਿੰਗਾ ਹੋਇਆ ਪਿਆ, ਹੁਣ ਤਾਂ ਅੰਬ ਉੰਬ ਦੀ ਮੌਸਮ ਲੰਘ ਗਈ, ਯਾਨੀ ਕਿ ਹਰ ਇੱਕ ਚੀਜ਼ ਮਹਿੰਗੀ ਹੈ ਜੀ। ਪਿਆਜ਼ 60 ਰੁਪਏ ਪਾਰ ਹੋਇਆ ਪਿਆ, ਜਾਂ ਤਾਂ ਟਰਾਂਸਪੋਰਟੇਸ਼ਨ ਮਹਿੰਗੀ ਆ, ਠੀਕ ਹੈ, ਉਹਦੇ 'ਤੇ ਸਰਕਾਰ ਨੇ ਨੋਟ ਕਰ ਲਈ, ਜਾਂ ਜਿਹੜੇ ਆਪਣੇ ਕਿਸਾਨ ਭਰਾ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਜਾਂ ਕੁਛ ਸਬਸਿਡੀ ਉਹ ਲਾਓ, ਸਿਰਫ ਇੱਕ ਕਣਕ ਦੇ ਜੀਰੀ ਨੂੰ ਕਰ ਰਹੇ ਨੇ, ਸਬਜ਼ੀ ਘੱਟ ਬੀਜ ਰਹੇ ਨੇ, ਸਬਜ਼ੀ ਘੱਟ ਬੀਜ ਕਰਕੇ ਸਬਜ਼ੀ ਘੱਟ ਆ ਰਹੀ ਹੈ, ਖਪਤ ਖਾਣ ਵਾਲੇ ਉਹੀ ਨੇ, ਸਾਰੇ ਲੋਕਾਂ ਨੇ ਆਖਰ ਜੀਣ ਲਈ ਸਬਜ਼ੀ ਤਾਂ ਖਾਣੀ ਹੈ, ਉਹ ਸਬਜ਼ੀ ਖਾਣ ਲਈ ਸਬਜ਼ੀ ਲਾਗਤ ਜ਼ਿਆਦਾ ਹੋ ਗਈ ਅਤੇ ਸਬਜ਼ੀ ਮਹਿੰਗੀ ਹੋ ਰਹੀ ਹੈ। ਸਰਕਾਰ ਨੂੰ ਇਸ ਪ੍ਰਤੀ ਕੋਈ ਕਿਸਾਨਾਂ ਦੇ ਪ੍ਰਤੀ ਕੁਛ ਨਾ ਕੁਛ ਸਿੱਖ 'ਚ ਸੋਚਣਾ ਚਾਹੀਦਾ, ਤਾਂ ਕਿ ਆਮ ਬੰਦਾ, ਆਮ ਨਾਗਰਿਕ ਜਿਹੜਾ ਕਿ ਸਬਜ਼ੀ ਖਾ ਸਕੇ। ਬਾਕੀ ਰਾਸ਼ਨ ਦਾ ਹੁਣ ਦਾਲਾਂ ਨੇ, ਪਹਿਲਾਂ ਕਹਿੰਦੇ ਦਾਲ ਰੋਟੀ ਖਾਓ ਪ੍ਰਭੂ ਦੇ ਗੁਣ ਗਾਓ, ਉਹ ਦਾਲ ਵੀ 20 ਰੁਪਏ ਪਾਰ ਹੋਈ ਆ, ਪ੍ਰਭੂ ਦੇ ਗੁਣ ਤਾਂ ਬੰਦਾ ਭੁੱਲ ਜਾਂਦਾ ਦਾਲ ਖਾ ਕੇ। ਸੋ ਇਹ ਸਰਕਾਰ ਨੂੰ ਥੋੜ੍ਹਾ ਬਹੁਤ ਦੇਖਣਾ ਚਾਹੀਦਾ ਵੀ ਕਿਵੇਂ ਬਣਾਉਣਾ, ਕਿਵੇਂ ਸਿਸਟਮ ਨੂੰ ਚਲਾਈਏ, ਤਾਂ ਕਿ ਆਮ ਜਿਹੜਾ ਬੰਦਾ ਹੈਗਾ ਉਹ ਸਬਜ਼ੀ, ਆਰਾਮ ਗਰੀਬ ਹੈ ਬੰਦਾ, ਮਿਡਲ ਕਲਾਸ ਲੋਕ ਨੇ, ਕੋਈ ਲੋਅਰ ਕਲਾਸ ਲੋਕ ਨੇ, ਉਹ ਵਿਚਾਰੇ ਸਬਜ਼ੀ ਰੋਟੀ ਤਾਂ ਖਾਣੀ ਉਹ ਪਊਗੀ। ਸੋ ਇਸ ਕਰਕੇ ਇਸ ਪ੍ਰਤੀ ਧਿਆਨ ਦੇਣਾ ਚਾਹੀਦਾ ਥੋੜ੍ਹਾ ਜਿਹਾ। ਬਜਟ ਦੇ ਦੇਖੋ ਹਿਸਾਬ ਨਾਲ
ਹੁਣ ਸਿਸਟਮ ਦੇਖੋ ਸਰਕਾਰ ਨੂੰ ਦੇਖ ਬਜਟ ਬਣਾਉਣ ਲੱਗੇ ਤਾਂ ਇਹ ਚੀਜ਼ਾਂ ਦੇਖਣੀਆਂ ਨੇ ਜਿਹੜੀ ਚੀਜ਼ ਖਾਣੀ ਹੈ ਜਿਹੜੀ ਚੀਜ਼ ਬੰਦੇ ਨੂੰ ਜਿਹਨਾਂ ਬਿਨਾਂ ਸਰਦਾ ਨਹੀਂ ਹੈਗਾ ਉਸ ਚੀਜ਼ ਦਾ ਦੇਖੋ ਘੱਟੋ ਘੱਟ ਥੋੜ੍ਹਾ ਦੇਖ ਕੇ ਚੱਲਣਾ ਚਾਹੀਦਾ ਬਜਟ ਦੇ ਵਿੱਚ ਵੀ ਬੰਦੇ ਨੂੰ ਆਮ ਬੰਦੇ ਨੂੰ ਨਾਗਰਿਕ ਨੂੰ ਕੋਈ ਮੁਸ਼ਕਿਲ ਨਾ ਆਵੇ। ਕੀ ਨਾਮ ਹੈ ਜੀ ਆਪਣਾ? ਅਮਿਤ ਕੁਮਾਰੀ। ਤੁਹਾਡੀ ਇੱਥੇ ਸਬਜ਼ੀ ਦੁਕਾਨ? ਹਾਂਜੀ ਹਾਂਜੀ। ਜਿਹੜੇ ਰੇਟ ਦਿਨੋਂ ਦਿਨ ਵੱਧਦੇ ਜਾ ਰਹੇ ਨੇ, ਜਿਹੜਾ ਟਮਾਟਰ ਪਿੱਛੇ ਦਿਨ ਕਿੰਨਾ ਸੀ ਅਤੇ ਹੁਣ ਕਿੰਨਾ? ਅੱਜ ਤੋਂ 2-3 ਦਿਨ ਪਹਿਲਾਂ ਰੇਟ 70 ਰੁਪਏ ਕਿਲੋ ਸੀ, ਜਿਹੜਾ ਅੱਜ ਦਾ ਰੇਟ ਆ 100 ਰੁਪਏ ਕਿਲੋ ਹੈ ਜੀ। ਕੀ ਕਾਰਨ ਮੰਨਦੇ ਜਿਹੜੇ ਰੇਟ ਲਗਾਤਾਰ ਵੱਧ? ਕਾਰਨ ਕੁਛ ਵੀ ਨਹੀਂ ਕਹਿ ਸਕਦੇ ਜੀ, ਜੇ ਹੁਣ ਉੱਥੇ ਜਾ ਕੇ ਮੰਡੀ 'ਚ ਪੁੱਛਦੇ ਆਣ 'ਤੇ ਉਹ ਕਹਿੰਦੇ ਨੇ ਮਾਲ ਘੱਟ ਆ ਰਿਹਾ ਜੀ ਪਿੱਛੋਂ, ਵੀ ਮਾਲ ਨਹੀਂ ਪੂਰਾ ਹੋ ਰਿਹਾ ਹੈਗਾ, ਇਸੇ ਕਰਕੇ ਮਹਿੰਗਾ ਜ਼ਿਆਦਾ ਹੋ ਰਿਹਾ ਜੀ। ਬਾਰਿਸ਼ ਦਾ ਤਾਂ ਨਹੀਂ ਪਤਾ ਜੀ, ਵੈਸੇ ਉਹ ਕਹਿੰਦੇ ਪਿੱਛੇ ਮਾਲ ਘੱਟ ਆ, ਹਾਂ ਇਹ ਵੀ ਹੋ ਸਕਦਾ ਵੀ ਕਿਤੇ ਬਾਰਿਸ਼ਾਂ ਬੁਰਸ਼ਾਂ ਕਰਕੇ ਕੋਈ ਮਾਲ ਸਮਾਨ ਘੱਟ ਜਿਵੇਂ ਹੋ ਜਾਂਦਾ ਜੀ। ਟਮਾਟਰ 2-3 ਇਲਾਕੇ ਨੇ, ਇੱਕ ਨਾਸਿਕ ਦਾ ਆ ਰਿਹਾ ਜੀ, ਇੱਕ ਆਪਣਾ ਹਿਮਾਚਲ ਵਾਲਾ ਰਿਹਾ ਜੀ, ਦੋਨੇ ਚੀਜ਼ ਨਹੀਂ ਸਕਦੇ ਦੋਨੇ ਮੰਡੀਆਂ 'ਤੇ ਜੀ। ਸਾਰੀਆਂ ਚੀਜ਼ਾਂ ਹੱਦ ਤੋਂ ਬਾਹਰ ਨੇ ਜੀ, ਪਿਆਜ਼ 60-55 ਰੁਪਏ ਕਿਲੋ ਵਿਕ ਰਿਹਾ ਜੀ, ਆਲੂ 30 ਰੁਪਏ ਕਿਲੋ ਵਿਕ ਰਿਹਾ ਜੀ, ਮਟਰ 200 ਰੁਪਏ ਕਿਲੋ ਵਿਕ ਰਿਹਾ ਜੀ, ਲਸਣ 300-350 ਰੁਪਏ ਕਿਲੋ ਵਿਕ ਰਿਹਾ ਜੀ। ਫਿਰ ਤਾਂ ਜਿਵੇਂ ਤੁਸੀਂ ਜਿਵੇਂ 100 ਰੁਪਇਆ ਦੱਸਿਆ ਹੈਗਾ, ਜਿਵੇਂ ਤੁਸੀਂ ਗਾਹਕ ਵੀ ਲੜਦੇ ਹੋਣਗੇ ਵੀ ਇੰਨਾ? ਗਾਹਕ ਵੀ ਲੜਦੇ ਨੇ ਜੀ, ਕੁਛ ਗਾਹਕ ਦਾ ਵੀ ਬਹੁਤ ਫਰਕ ਪਿਆ ਹੋਇਆ ਜੀ, ਅੱਗੇ ਨਾਲੋਂ ਕੰਮ ਕਾਰ ਵੀ ਥੋੜ੍ਹੇ ਜਿਹੇ ਬਹੁਤ ਹੋਏ ਪਏ ਨੇ ਜੀ, ਮਹਿੰਗਾਈ ਕਰਕੇ ਬਹੁਤ ਵੀ ਘੱਟ ਹੈ। ਕਿੰਨੇ ਪੈ ਰਹੇ ਤੁਹਾਡਾ ਵੀ ਜਿਹੜਾ ਹੈਗਾ ਅਸਰ ਪੈ ਰਿਹਾ? ਬਹੁਤ ਜ਼ਿਆਦਾ ਪੈਂਦਾ ਜੀ ਅਸਰ, ਕਿੰਨੇ ਪੈ ਰਹੇ? ਬਹੁਤ ਜ਼ਿਆਦਾ ਅਸਰ ਪੈਂਦਾ ਜੀ ਇਹ ਚੀਜ਼ 'ਤੇ।